سب تیری وڈیائی کوئی ناؤ نہ جانے ترس دے رہندے نیں نکاڑا ویکھن نوں میرے نیں ترس دے
ਕੁਮਾਰੀ ਦੇ ਨਾਲ ਇੱਕ ਗੀਤ ਆਇਆ ਸੀ ਧਰਮਪ੍ਰੀਤ ਦਾ ਵੈਸੇ ਮੈਨੂੰ ਸਾਰੇ ਗੀਤ ਬਹੁਤ ਪਿਆਰੇ ਸੀ ਔਰ ਬਹੁਤ ਵਧੀਆ ਅਹਿਸਾਸ ਸੀ ਵਜਾਉਣਾ ਕੁਝ ਨਹੀਂ ਬਸ ਕਾਰਡ ਪੀਸ ਤੇ ਪੀਸ ਕਰਨਾ ਆ ਸੱਜਣਾ ਦਰਦ ਵੰਡਾ ਲਈਏ ਪੈਰ ਪੈਰ ਤੇ ਠੋਕਰਾਂ ਖਾਦੀਆਂ ਤੂੰਯੋ ਬੰਦੇ ਨੇ ਮੁੱਢ ਬਰਬਾਦੀਆਂ ਦੇ ਤੂੰਯੋ ਬੰਦੇ ਨੇ ਮੁੱਢ ਬਰਬਾਦੀਆਂ ਦੇ ਤੁਰਸਣਾ ਸਿੱਖ ਕੀ ਸਖੀਆਂ ਤੋਂ ਨੀ ਤੈਨੂੰ ਯਾਰ ਬਣਾਉਣਾ ਨਹੀਂ ਆਇਆ ਸਿੱਖਦੀ ਰਹੀ ਹਾਏ ਮੈਂ ਕਰਨਾ ਪਿਆਰ ਤਾਂ ਸਿੱਖਦੀ ਰਹੀ ਮੈਂ ਤੋੜ ਚੜਾਉਣਾ ਹੀ ਨਹੀਂ ਆਇਆ ਤੁਰਸਣਾ ਸਿੱਖ ਗਈ ਸਖੀਆਂ ਤੋਂ ਤੈਨੂੰ ਯਾਰ ਬਣਾਉਣਾ ਨਹੀਂ ਆਇਆ ਮੈਂ ਦਿਲ ਬਰ ਜਾਨੀ ਨੂੰ ਦਿਲ ਚੋਰ ਸਮਝਦੀ ਰਹੀ ਉਹ ਸਾਡਾ ਪਿਆਰ ਹਕੀਕੀ ਸੀ ਤੂੰ ਕੁਝ ਹੋਰ ਸਮਝਦੀ ਰਹੀ ਮੈਂ ਦਿਲ ਬਰ ਜਾਨੀ ਨੂੰ ਦਿਲ ਚੋਰ ਸਮਝਦੀ ਰਹੀ ਸਾਡਾ ਪਿਆਰ ਹਕੀਕੀ ਸੀ ਤੂੰ ਕੁਝ ਹੋਰ ਸਮਝਦੀ ਰਹੀ ਵੇ ਫੱਟ ਲਾਉਣੇ ਤਾਂ ਸਿੱਖ ਲਏ ਇਹ ਜ਼ਖਮ ਸਿਉਣਾ ਹੀ ਨਹੀਂ ਆਇਆ ਤੁਰਸਣਾ ਸਿੱਖ ਗਈ ਸਖੀਆਂ ਤੋਂ ਇੱਕ ਗਰੀਬ ਘਰ ਦਾ ਮੁੰਡਾ ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਪੜ੍ਹਨਾ ਹਰੇਕ ਦਾ ਹੱਕ ਆ ਇਹ ਤਾਂ ਹੁਣ ਅਡਾਨੀ ਅਬਾਨੀ ਇਹ ਵੀ ਚਾਹੁੰਦੇ ਆ ਵੀ ਪੜ੍ਹਾਈ ਵੀ ਅਸੀਂ ਜਿਹਨੂੰ ਮਰਜ਼ੀ ਕਰਨ ਦੇਈਏ ਜਿਹਨੂੰ ਮਰਜ਼ੀ ਨਾ ਕਰਨ ਦੇਈਏ ਪਰ ਦਿਲ ਤਾਂ ਹਰੇਕ ਦਾ ਕਰਦਾ ਵਾ ਮੇਰੇ ਥੱਲੇ ਗੱਡੀ ਹੋਵੇ ਕਾਰ ਹੋਵੇ ਇਹ ਤਾਂ ਪਹਿਲੀਆਂ ਚੀਜ਼ਾਂ ਵੀ ਖੋਲ ਨੂੰ ਫਿਰਦੇ ਹੁਣ ਇੱਕ ਗਰੀਬ ਘਰ ਦਾ ਮੁੰਡਾ ਰੋਜ਼ ਕਾਲਜ ਨੂੰ ਜਾਂਦਾ ਇੱਕ ਦਿਨ ਕੁੜੀਆਂ ਉਹਦੇ ਕੱਪੜੇ ਲੱਤੇ ਵੇਖ ਕੇ ਉਹਦਾ ਜਾਂ ਮੁੰਡੇ ਜਾਂ ਕੁੜੀਆਂ ਮਜ਼ਾਕ ਉਡਾਉਂਦੇ ਕੀ ਕਹਿੰਦਾ ਨੀ ਕਸੀ ਮੇਰੀ ਜੀਨ ਛੱਟ ਪੁਰਾਣੀ ਆ ਜੁੱਤੀ ਮੇਰੀ ਟੁੱਟੀ ਜੁੱਤੀ ਮੇਰੀ ਨਸ ਦੀ ਕਹਾਣੀ ਹੈ ਤੈਨੂੰ ਵੇਖ ਵੇਖ ਹਾਸਾ ਗਿਆ ਚੜਦਾ ਮੈਂ ਪੈਰ ਧਰਦਾ ਇਹ ਤੇਰਾ ਨੱਕ ਸੂਰ ਅੱਲੜੇ ਪੁੱਤ ਮੈਂ ਗਰੀਬ ਜੱਟਦਾ
ਪਾਸੇ ਇਹੀ ਅੰਤਰਾ ਗਾਉਣਾ ਫਿਰ ਕਹਿੰਦੇ ਦੁਗਾਣੇ ਪਹਿਲਾਂ ਸੁਣਾ ਦੋ ਮੈਂ ਕਿਹਾ ਸਾਰਾ ਕੁਝ ਸੁਣਾ ਕੇ ਦੱਸ ਮਿੱਟ ਜੇ ਮੈਂ ਆਵਾਂ ਜੱਟਾਂ ਬੱਲੇ ਕੀ ਤੁਸੀਂ ਅਸੀਆਂ ਨੇ ਥੋੜਾ ਤੰਗੀਆਂ ਦੁਗਾਣੇ ਤੁਹਾਡੀ ਨਜ਼ਰ ਕਰਕੇ ਜਾਉ ਪਰ ਸਭ ਤੋਂ ਪਹਿਲਾਂ ਜਿਹੜਾ ਦੁਗਾਣਾ ਲਾਉਣਾ ਉਹ ਕਿਸਾਨਾਂ ਤੋਂ ਸ਼ੁਰੂ ਕਰੂੰਗਾ ਤੇ ਫਿਰ ਸਾਰੇ ਹੀ ਹੋਏ ਤੁਹਾਡੀ ਨਜ਼ਰ ਕਰ ਦੇਣੇ ਆ ਜੀ ਇਕਰਾ ਕਿਸਾਨਾਂ ਦੇ ਨਾਂ ਤੋਂ ਫਿਰ ਕਰ ਦੋ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਇਹ ਤਾਂ ਗਾਣਾ ਗਾਇਆ ਸੀ ਉਦੋਂ ਧਰਨਾ ਲੱਗੇ ਨੂੰ ਸਾਰਾ ਇੱਕ ਮਹੀਨਾ ਹੋਇਆ ਸੀ ਹੁਣ ਤਾਂ ਮੈਨੂੰ ਲੱਗਦਾ ਢਾਈ ਮਹੀਨੇ ਹੋ ਗਿਆ ਆਓ ਜੀ ਹੁਣ ਸ਼ੁਰੂ ਹੋਣ ਲੱਗਿਆ ਫਿਰ ਆਦੋ ਬਾਈ ਦਿੱਲੀ ਧਰਨਾ ਲੱਗੇ ਨੂੰ ਹੋ ਗਿਆ ਮਹੀਨਾ ਵੇ ਇਹਨਾਂ ਨੂੰ ਨਹੀਂ ਖੋੜ ਦਿੰਦੇ ਅਸੀਂ ਤੇ ਆਸ ਵਿੱਚ ਲੜ ਪੈਂਦੇ ਹੁਣੇ ਜ਼ਮੀਨ ਤੋਂ ਇਹ ਸਾਲੇ ਕਿੱਥੋਂ ਲੈ ਦੇਣਗੇ ਸਾਡੀ ਜ਼ਮੀਨ ਔੜ ਤਾਂ ਸਹੀ ਜਰਾ ਦਿੱਲੀ ਧਰਨਾ ਲੱਗੇ ਨੂੰ ਹੋ ਗਿਆ ਮਹੀਨਾ ਵੇ ਦਸ ਵਿਚਾਰ ਗਏ ਆਪ ਕਣਾ ਕੇ ਮਿੱਠੀਆਂ ਘੋੜੀਆਂ ਦੇ ਕੇ ਸਾਰ ਗਏ ਕੀ ਕਰਦਾ ਉਹਨਾਂ ਵਿੱਚ ਹੁੰਦਾ ਰਾਬਤਾ ਬੜਾ ਬਣਦਾ ਸੀ ਮੀਟਿੰਗਾਂ ਹੋਈਆਂ ਮੰਤਰੀ ਦਸ ਵਿਚਾਰ ਗਏ ਆਪ ਕਣਾ ਕੇ ਮਿੱਠੀਆਂ ਘੋੜੀਆਂ ਦੇ ਕੇ ਸਾਰ ਗਏ ਸੱਦਿਆ ਹੋਇਆ ਸੱਦਿਆ ਹੋਇਆ ਨੂੰ ਇਹ ਹੱਕ ਹੋਰ ਸਤਾਉਂਦੇ ਨੇ ਸਰਕਾਰ ਸਾਨੂੰ ਹੱਕ ਲੈਣੇ ਆਉਂਦੇ ਨੇ
ਸਮਝੇ ਨਾ ਸਮਝਾਇਆ ਤੋ ਜੇ ਲੋਕ ਲੈਰ ਨਹੀਂ ਦਬਦੀ ਹੁੰਦੀ ਕਦੇ ਦਬਾਇਆ ਤੋ ਜਿਹੜਾ ਦੇ ਉੱਤੇ ਖੱਫਾ ਬੰਨ ਪੰਜਾਬੀ ਜੂਣੇ ਨੇ ਜੇ ਅੜ ਗਈ ਇਹ ਸਰਕਾਰ ਸਾਨੂੰ ਰੱਖ ਲੈਣੇ ਆਉਂਦੇ ਨੇ ਜੇ ਵੀ ਦਬਦੀ ਸਰਕਾਰ ਸਾਨੂੰ ਰੱਖ ਲੈਣੇ ਆਉਂਦੇ ਨੇ ਮਰਦਾ ਹੁੰਦਾ ਸੀ
ਅਕਸ਼ਰੋਂ ਮੈਂ ਵੀ ਤੇਰੀ ਯਾਦ ਨਾ ਠਾਰੇ ਇਹ ਮਨ ਤੇਰੇ ਦਾ ਹਾਰ ਬੁਰਾ ਸੀ ਮੈਨੂੰ ਵੀ ਸੀ ਹੁਣ ਵੀ ਕਹਾਣੀ ਇਹ ਬਸ ਵੱਡ ਖਾਂਦਾ ਸੀ ਪਿੰਡ ਸ਼ੇਰੋਂ ਮੈਂ ਵੀ ਤੇਰੀ ਯਾਦ ਨਾ ਠਾਲੇ ਮਨ ਤੇਰੇ ਦਾ ਹਾਰ ਬੁਰਾ ਸੀ ਮੈਨੂੰ ਵੀ ਜਿੰਦਾ ਕੌਣ ਦਲਾਸੇ ਨੀ ਜਿੰਦ ਦੁਖੜੇ ਚੜਦੀ ਨੂੰ ਮੈਨੂੰ ਨੰਨ ਨੰਨ ਕੇ ਬੁਲਾਈ ਗਿਆ ਹੁਣ ਨੰਨ ਨੰਨ ਕੇ ਨੰਨ ਨੰਨ ਕੇ ਲੈ ਗਿਆ ਸੀ ਵੇ ਨਾਨਾ ਚੜਦੀ ਨੂੰ ਤੇਰਾ ਸੁਣਦਾ ਵੇਖ ਜਪਾਰਾ ਨਾ ਹੋ ਕੇ ਪਰਦਾ ਹੁੰਦਾ ਸੀ ਕਾਦੀ ਬਸ ਗਿਆ ਚੱਲਾ ਸੋਹਣਿਆ ਬਠਿੰਡੇ ਤੇਰੇ ਨਾਲ ਨੀ ਤੇਰਾ ਵੀ ਸੀ ਜੀ ਕਰਦਾ ਇੱਦਾਂ ਹੀ ਇੱਕ ਬੱਸ ਕਿਸੇ ਵੀ ਬੰਨੇ ਸਟਾਰਟ ਕਰ ਲਿਓ ਵਾਇਆ ਸੰਗਰੂਰ ਬਠਿੰਡਾ ਬਣਾ ਲਿਓ ਭਾਵੇਂ ਚੰਡੀਗੜ੍ਹ ਤੋਂ ਕਰ ਲਿਓ ਭਾਵੇਂ ਅੰਮ੍ਰਿਤਸਰੋਂ ਕਰ ਲਿਓ ਹੁਣ ਬੱਸ ਦੇ ਵਿੱਚ ਕੀ ਹੁੰਦਾ ਹੈ ਕਈ ਵਾਰ 3 ਮਿੰਟ ਦਾ ਗੀਤ ਹੁੰਦਾ ਸਾਰੀ ਕਹਾਣੀ ਉਹਦੇ 'ਚ ਲਿਖੀ ਹੁੰਦੀ ਹੁਣ ਬੱਸ ਤੁਰਨ ਲੱਗੀ ਹੈ ਬੱਸ ਦੇ ਵਿੱਚ ਕੁਝ ਸਵਾਰੀਆਂ ਬੈਠੀਆਂ ਅਤੇ ਕੁਝ ਖੜੀਆਂ ਹਜੇ ਬਹਿਣ ਦੀ ਤਿਆਰੀ ਕਰ ਰਹੀਆਂ ਬੱਸ ਤੁਰਨ ਲੱਗਦੀ ਹੈ ਅਤੇ ਅਗਲੀ ਵਾਰੀ ਥਣੀ ਇੱਕ ਮੁੰਡੇ ਦੀ ਐਂਟਰੀ ਹੁੰਦੀ ਹੈ ਇੱਕ ਸੋਹਣੀ ਸੁਨੱਖੀ ਮੁਟਿਆਰ ਪਿੱਛੇ ਬੈਠੀ ਹੈ ਉਸ ਮੁੰਡੇ ਦੀਆਂ ਨਜ਼ਰਾਂ ਉੱਤੇ ਪਈਆਂ ਕੁੜੀ ਦੀਆਂ ਵੀ ਨਜ਼ਰਾਂ ਉਸ ਗੱਭਰੂ 'ਤੇ ਪਈਆਂ ਜਿਹਨੂੰ ਪਹਿਲੀ ਨਜ਼ਰੇ ਪਿਆਰ ਹੋ ਜਾਏ ਉਹਨੂੰ ਪਿਆਰ ਕਹਿੰਦੇ ਦੂਜੇ ਵਪਾਰ ਹੁੰਦੇ ਆ ਜਦੋਂ ਨਜ਼ਰਾਂ ਨਾਲ ਨਜ਼ਰਾਂ ਦੀ ਗੱਲ ਹੋਈ ਆਪ ਮਹਾਰਾ ਦੋਵਾਂ ਦੇ ਬੁੱਲਾਂ 'ਤੇ ਹਾਸਾ ਆਉਣਾ ਸ਼ੁਰੂ ਹੋ ਗਿਆ ਜਦੋਂ ਹਾਸਾ ਆਉਣਾ ਸ਼ੁਰੂ ਹੋਇਆ ਮੁੰਡਾ ਇੱਥੋਂ ਕੋ ਪੈਰ ਧਰਾਵਾ ਕਰਦਾ 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 ਕੁੜੀ ਦੇ ਲਾਗੇ ਆਣ ਕੇ ਕਹਿੰਦਾ ਪਲੀਜ਼ ਤੁਸੀਂ ਬੁਰਾ ਨਾ ਬਣਾਓ ਤੁਹਾਡੇ ਨਾਲ ਬੈਠ ਸਕਦਾ ਇਹਦੀ ਬੈਠ ਜਾਓ ਬਸ ਬੈਠਣ ਦੀ ਗੱਲ ਹੁੰਦੀ ਹੈ ਪੰਜਾਬੀ ਬੰਦੇ ਨੂੰ ਤਾਂ ਲੱਗ ਗਿਆ ਖੜਾ ਲਓ ਫੇਰ ਬਹਿਣ ਦੀ ਜਗ੍ਹਾ ਬਣਾ ਲਈ ਤਾਂ ਬੈਠ ਗਿਆ ਨਾਲ ਹੁਣ ਦੋਵੇਂ ਤਰੇ ਜਾਂਦੇ ਆ ਗੱਲਾਂ ਸ਼ੁਰੂ ਹੋ ਗਈਆਂ ਕਿ ਤੁਸੀਂ ਕਿੱਥੇ ਜਾਣਾ ਕੁੜੀ ਕਹਿੰਦੀ ਮੈਂ ਸੰਗਰੂਰ ਜਾਣਾ ਮੁੰਡੇ ਨੂੰ ਪੁੱਛਦੀ ਤੁਸੀਂ ਕਿੱਥੇ ਜਾਣਾ ਮੈਂ ਬਠਿੰਡੇ ਜਾਣਾ ਇੱਕ ਦੂਜੇ ਨਾਲ ਫੋਨ ਨੰਬਰ ਦਾ ਦੇਣ ਦੇਣ ਹੋ ਗਿਆ ਯਾਨੀ ਕਿ ਕਹਾਣੀ ਘੁੰਮ ਗਈ ਆ ਹੁਣ ਸੰਗਰੂਰ ਆਣ ਕੇ ਕੁੜੀ ਉੱਤਰੀ ਬੱਸ ਦੇ ਵਿੱਚੋਂ ਕਦਮ ਪੁੱਟਦੀ ਪੁੱਟਦੀ ਆਪਣੇ ਇਲਾਕੇ ਵੱਲ ਨੂੰ ਆਪਣੇ ਕਸਬੇ ਵੱਲ ਨੂੰ ਆਪਣੇ ਪਿੰਡ ਵੱਲ ਨੂੰ ਚੱਲਣ ਲੱਗੀ ਸ਼ੀਸ਼ੇ ਥਾਣੀ ਸਿਰ ਕੱਢ ਕੱਢ ਕੇ ਉਹਦੇ ਵੱਲੇ ਦੇਖਦਾ ਹੈ ਉਹ ਵੀ ਪਿੱਛਾ ਭਾਂ ਭਾਂ ਕੇ ਉਹਦੇ ਵੱਲੇ ਦੇਖਦੀ ਹੈ ਅਗਲੇ ਦਿਨ ਫੋਨ ਤੇ ਗੱਲਬਾਤ ਹੁੰਦੀ ਆ ਦੋਵੇਂ ਇੱਕ ਦੂਜੇ ਨਾਲ ਜਿਵੇਂ ਪਿਆਰ ਦਾ ਇਜ਼ਹਾਰ ਕਰਦੇ ਆ ਸੁਣਨਾ ਜ਼ਰਾ ਕਿਵੇਂ ਕਰਦੇ ਆ ਪਤਾ ਵੀ ਨਾ ਲੱਗਾ ਕਦੋਂ ਲੰਘ ਅਸ ਫੇਰੇ ਨੀ ਭੁੱਲ
ਹੁਣ ਮੇਰੇ ਦਰਸ਼ਨ ਨੂੰ ਉਹ ਖੜਦੇ ਮੋੜ ਤੇ ਹਾਰੀ ਹੁਣ ਮੇਰੇ ਦਰਸ਼ਨ ਨੂੰ ਖੜਦੇ ਮੋੜ ਤੇ
ਪੁਰਾਣੀ ਹਵੇਲੀ ਸਭ ਨਿਆਣੇ ਪਿੰਡੇ ਹੋ ਗਏ ਟੁੱਟ ਪੁਰਾਣੇ ਪੁੱਕੀ ਹਵੇਲੀ ਸਭ ਨਿਆਣੇ ਦਿਲ ਤਾਂ ਜਾਨੀ ਰਮਜ ਰਜਾਣੇ ਦਿਲ ਤਾਂ ਜਾਨੀ ਰਮਜ ਰਜਾਣੇ ਲਾਈ ਵਾਪ ਫੇਰੀ ਹੁਣ ਤੇਰਾ ਕੀ ਕਰਦਾ ਮੈਂ ਹੋ ਜਗ ਬਰੂਆ ਤੇਰੀ ਹੁਣ ਤੇਰਾ ਕੀ ਕਰਦਾ ਮੈਂ ਹੋ ਜਗ ਬਰੂਆ ਤੇਰੀ ਹੁਣ ਤੇਰਾ ਕੀ ਕਰਦਾ ਮੈਂ ਹੋ ਜਗ ਬਰੂਆ ਤੇਰੀ ਬਾਪੂ ਨੂੰ ਤੇ ਲਾਰ ਗਵਾਵਾਂ ਮੈਂ ਆ ਕੇ ਬਾਪੂ ਨੂੰ
ميتو